ਹਾਂ ਕੁਰਬਾਨ ਜਾਈ ਤੇਰੇ ਨਾਵੇ ਜਿਸ ਨੂੰ ਬਖਸ਼ ਲਹੈ ਮੇਰੇ ਪਿਆਰੇ ਹੋ ਜਸ ਤੇਰਾ ਗਾਵੇ ਤੂੰ ਪਾਰੋ ਸਵਾਮੀ ਮੇਰਾ ਸੰਤਾਂ ਪਰਵਾਸਾ ਤੇਰਾ ਨਾਨਕ ਪ੍ਰਭ ਸਰਣਾਈ ਨਾਨਕ ਪ੍ਰਭ ਸਰਣਾਈ ਮੁਖ ਨਿੰਦਕ ਕੈ ਛਾਈ ਮੁਖ ਨਿੰਦਕ ਕੈ ਛਾਈ ਜਸ ਤੇਰਾ ਗਾਵੇ ਜਿਸ ਨੂੰ ਬਖਸ਼ਿਆ ਹੈ ਸੋ 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 ਜਸ ਤੇਰਾ ਗਾਵੇ ਤੇਰਾ ਗਾਵੇ ਜਿਸ ਨੂੰ ਬਖਸ਼ ਲਹੇ ਸੋ ਜਸ 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 ਤੇਰਾ ਜਸ ਤੇਰਾ ਗਾਵੇ ਸੋ ਜਸ ਤੇਰਾ ਗਾਵੇ ਸੋ ਜਸ ਤੇਰਾ ਗਾਵੇ ਸੋ ਜਸ ਤੇਰਾ ਗਾਵੇ ਸੋ ਜਸ ਤੇਰਾ ਪਰਮ ਸਤਿਕਾਰਯੋਗ ਸਤਿਗੁਰਾਂ ਦੀ ਪਾਵਨ ਪਵਿੱਤਰ ਹਜ਼ੂਰੀ ਵਿੱਚ ਜੁੜ ਬੈਠੀ ਗੁਰੂ ਪਿਆਰੀ ਸਾਧ ਸੰਗਤ ਜੀ
ਸਤਿਗੁਰਾਂ ਨੇ ਅਪਾਰ ਬਖਸ਼ਿਸ਼ ਕੀਤੀ ਹੈ ਜੋ ਕਿ ਛੇਤੀ ਫਾਰਮ ਦੀਆਂ ਸਾਰੀਆਂ ਹੀ ਸੰਗਤਾਂ ਨੇ ਰਲ ਮਿਲ ਕੇ ਗੁਰਦੁਆਰਾ ਸਾਹਿਬ ਜੀ ਦੀ ਸਮੂਹ ਪ੍ਰਬੰਧ ਕਮੇਟੀ ਮਹਾਨ ਉੱਦਮ ਉਪਰਾਲਾ ਸ੍ਰੀਮਾਨ ਸੰਤ ਬਾਬਾ ਸੁਖਦੇਵ ਸਿੰਘ ਜੀ ਪੁੱਛੋ ਕਲਾਂ ਵਾਲੇ ਮਹਾਂਪੁਰਖ ਅੱਜ ਦਾ ਰਹਿਣ ਸਵਾਈ ਕੀਰਤਨ ਦਰਬਾਰ ਆਪਾਂ ਸਾਰੇ ਰਲ ਮਿਲ ਕੇ ਸਤਿਗੁਰਾਂ ਦੇ ਪਾਵਨ ਪਵਿੱਤਰ ਚਰਨਾਂ ਵਿੱਚ ਜੁੜ ਬੈਠੇ ਹਾਂ। ਸਾਡੇ ਤੋਂ ਪਹਿਲਾਂ ਸਿੰਘ ਸਾਹਿਬ ਗਿਆਨੀ ਇਕਬਾਲ ਸਿੰਘ ਜੀ ਜਥੇਦਾਰ ਤਖ਼ਤ ਸ੍ਰੀ ਪਟਨਾ ਸਾਹਿਬ ਵਾਲੇ ਆਪ ਸਮੂਹ ਸੰਗਤਾਂ ਨੂੰ ਗੁਰਮਤਿ ਵਿਚਾਰਾਂ ਦੁਆਰਾ ਨਿਹਾਲ ਕਰਕੇ ਗਏ ਨੇ। ਸਵਾਓ ਜਿਤਨਾ ਕੁ ਸਮਾਂ ਸਤਿਗੁਰੂ ਬਖਸ਼ਿਸ਼ ਕਰਦੇ ਨੇ ਆਪਾਂ ਸਾਰੇ ਰਲ ਮਿਲ ਕੇ ਮਾਲਕ ਦੇ ਗੁਣ ਗਾਈਏ। ਕੋਈ ਵੀ ਰਸਨਾ ਵਾਂਝੀ ਨਾ ਰਹੇ, ਪਿਆਰ ਸਹਿਤ ਬੁਲਾਓ ਫਤਿਹ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਹਰ ਮਨ ਤਨ ਵਸਿਆ ਸੋਈ ਜੈ ਜੈਕਾਰ ਕਰੇ ਸਭ ਕੋਈ। ਜਿਨ੍ਹਾਂ ਦੇ ਹਿਰਦੇ ਵਿੱਚ ਉਹ ਮਾਲਕ ਦਾ ਨਾਮ ਵਸ ਜਾਂਦਾ ਹੈ ਉਹਨਾਂ ਦੀ ਬਾਹਰੋਂ ਸੰਸਾਰ ਵੱਲੀ ਵੇਖੀਏ ਤੇ ਜੈ ਜੈਕਾਰ ਹੁੰਦੀ ਹੈ, ਉਹਨਾਂ ਦੀ ਅੰਦਰੋਂ ਵੀ ਜੈ ਜੈਕਾਰ ਹੋ ਰਹੀ ਹੈ। ਅਸਲ ਤੇ ਗੱਲ ਉਦੋਂ ਬਣਦੀ ਹੈ ਜਦੋਂ ਅੰਦਰੋਂ ਜੈ ਜੈਕਾਰ ਹੋਣੀ ਸ਼ੁਰੂ ਹੋ ਜਾਏ। ਬਾਹਰਲੀ ਜੈ ਜੈਕਾਰ ਕਰਾਉਣ ਦੇ ਲਈ ਤੇ ਬੰਦਾ ਬੜੇ ਸਾਧਨ ਵਰਤਦਾ ਹੈ, ਬੜੇ ਤਰੀਕੇ ਵਰਤਦਾ ਹੈ। ਜੇ ਆਪਾਂ ਬਾਹਰਲੀ ਜੈ ਜੈਕਾਰ ਦੀ ਗੱਲ ਕਰੀਏ ਨਾ, ਸੱਚੇ ਪਾਤਸ਼ਾਹ ਪਾਵਨ ਪਵਿੱਤਰ ਬਾਣੀ ਵਿੱਚ ਫਰਮਾਨ ਕਰਦੇ ਨੇ, ਜੇ ਜੁਗ ਚਾਰੇ ਆਰਜਾ ਹੋਰ ਦਸੂਣੀ ਹੋਏ। ਨਵਾਂ ਖੰਡਾਂ ਵਿੱਚ ਜਾਣੀ ਹੈ ਨਾਲ ਚੱਲੇ ਸਭ ਹੋਏ। ਚੰਗਾ ਨਾਉਂ ਰਖਾਏ ਕੈ ਜਸ ਕੀਰਤ ਜਗ ਲੇ, ਜੇ ਤਿਸ ਨਜ਼ਰ ਨਾ ਆਵਈ ਤਾਂ ਬਾਤ ਨਾ ਪੁੱਛੈ ਕੀ। ਇਹ ਉਹਨਾਂ ਦੀ ਗੱਲ ਹੈ ਜਿਹੜੇ ਬਾਹਰਲੀ ਜੈ ਜੈਕਾਰ ਦੇ ਮਾਰੇ ਹੋਏ ਨੇ। ਕਹਿੰਦੇ ਚਾਰ ਯੁੱਗਾਂ ਦੀ ਹੋ ਜਾਏ ਤੇਰੀ ਆਰਜਾ ਹੋਰ ਦਸੂਣੀ। ਕਹਿੰਦੇ ਇਦੋਂ ਵੀ ਦਸ ਗੁਣਾ ਹੋਰ ਹੋ ਜਾਏ, ਭਾਵ ਚਾਲੀ ਯੁੱਗਾਂ ਦੀ ਹੋ ਜਾਏ। ਨਵਾਂ ਖੰਡਾਂ ਵਿੱਚ ਜਾਣੀ ਹੈ। ਇੱਕ ਖੰਡ ਦੀ ਕਿਹੜੀ ਗੱਲ ਹੈ? ਕਹਿੰਦੇ ਤੇਰਾ ਨਾਂ ਜਿਹੜਾ ਨੌ ਖੰਡਾਂ ਦੇ ਵਿੱਚ ਚੱਲਦਾ ਹੋਵੇ, ਨੌ ਖੰਡਾਂ ਦੇ ਵਿੱਚ ਤੇਰੀ ਜਾਣ ਪਹਿਚਾਣ ਹੋਵੇ, ਨਾਲ ਚੱਲੇ ਸਭ ਕੋਏ, ਤੇਰੇ ਨਾਲ ਦੁਨੀਆਂ ਚੱਲਦੀ ਹੋਵੇ,
ਵਾਹ 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 ਕਰਦੀ ਹੋਵੇ, ਬਾਹਾਂ ਖੜੀਆਂ ਕਰਦੀ ਹੋਵੇ ਵੀ ਅਸੀਂ ਤੇਰੇ ਨਾਲ ਹਾਂ। ਚੰਗਾ ਨਾਉ ਰਖਾਏ ਕਹਿ ਜਸ ਕੀਰਤ ਜਗਲੇ, ਕਹਿੰਦੇ ਸੰਸਾਰ ਦੇ ਵਿੱਚ ਮਾਣ ਸਤਿਕਾਰ ਪਾਉਣ ਦੇ ਲਈ ਆਪਣਾ ਤੂੰ ਨਾਮ ਹੀ ਬੜਾ ਸੋਹਣਾ ਜਿਹਾ ਰੱਖ ਲਿਆ ਵੀ ਮੇਰੀ ਪ੍ਰਭਤਾ ਹੋਵੇ, ਮੇਰੀ ਸੋਭਾ ਹੋਵੇ। ਜੇ ਤਿਸ ਨਜ਼ਰ ਨਾ ਆਵਈ ਤਾਂ ਬਾਤ ਨਾ ਪੁੱਛੇ ਕੀ। ਕਹਿੰਦੇ ਜੇ ਇੰਨਾ ਕੁਝ ਹੋਣ ਦੇ ਬਾਵਜੂਦ ਵੀ ਤੂੰ ਸੰਸਾਰ ਦੀ ਨਜ਼ਰ ਵਿੱਚ ਤੇ ਹੈ ਪਰ ਨਿਰੰਕਾਰ ਦੀ ਨਜ਼ਰ ਵਿੱਚ ਨਹੀਂ ਨਾ ਆਇਆ। ਕਹਿੰਦੇ ਫਿਰ ਮਾਲਕ ਦੀ ਦਰਗਾਹ ਵਿੱਚ ਕਿਸੇ ਨੇ ਤੇਰੀ ਬਾਤ ਨਹੀਂ ਪੁੱਛਣੀ। ਇੱਥੇ ਹੀ ਨੇ ਨਾਲ ਤੁਰਨ ਵਾਲੇ, ਇੱਥੇ ਹੀ ਨੇ ਮਗਰ ਮਗਰ, ਅਸੀਂ ਤੇਰੇ ਨਾਲ ਹਾਂ, ਅਸੀਂ ਤੇਰੇ ਨਾਲ ਹਾਂ, ਪਰ ਉੱਥੇ ਕਿਸੇ ਨੇ ਤੇਰੀ ਬਾਤ ਨਹੀਂ ਪੁੱਛਣੀ। ਤੇ ਉੱਥੇ ਤੇਰੀ ਕਦਰ ਕਿੰਨੀ ਕੁ ਪੈਣੀ ਹੈ, ਕੀਟਾਂ ਅੰਦਰ ਕੀਟ ਕਰ ਦੋਸੀ ਦੋਸਤ ਰੇ। ਕਹਿੰਦੇ ਜਿਵੇਂ ਆਪਣੀ ਨਜ਼ਰ ਦੇ ਵਿੱਚ ਧਰਤੀ ਤੇ ਇੱਕ ਕੀੜੀ ਤੁਰੀ ਫਿਰਦੀ ਹੈ ਨਾ, ਅਤ ਸੁੰਦਰ ਕੁਲੀਨ ਚਤਰ ਮੁਖ ਗਿਆਨੀ ਧਨਵੰਤ ਮ੍ਰਿਤਕ ਕਹੀਏ ਨਾਨਕਾ ਜੈ ਪ੍ਰੀਤ ਨਹੀਂ ਭਗਵੰਤ। ਸਭ ਕੁਝ ਹੋਣ ਦੇ ਬਾਵਜੂਦ ਵੀ ਜੇਕਰ ਤੇਰੀ ਮਾਲਕ ਦੇ ਨਾਲ ਪ੍ਰੀਤ ਨਹੀਂ ਤੇ ਮਾਲਕ ਦੀ ਨਜ਼ਰ ਦੇ ਵਿੱਚ ਤੂੰ ਆਏ ਆ ਜਿਵੇਂ ਕੋਈ ਕੀੜੀ ਤੁਰੀ ਫਿਰਦੀ ਹੋਵੇ, ਆਖੋ ਸਤਨਾਮ ਸ੍ਰੀ ਵਾਹਿਗੁਰੂ। ਇੱਥੇ ਭਾਵੇਂ ਬੜੇ ਵੱਡੇ ਰੁਤਬੇ ਨੇ, ਤੇਰਾ ਬੜਾ ਨਾਂ ਹੈ, ਦੁਨੀਆਂ ਤੇਰੇ ਮਗਰ ਹੈ, ਪਰ ਮਾਲਕ ਦੀ ਨਜ਼ਰ ਵਿੱਚ ਤੂੰ ਇੱਕ ਕੀੜੀ ਦੀ ਨਿਆਈ ਹੈ। ਤੇ ਸੱਚੇ ਪਾਤਸ਼ਾਹ ਦੇ ਚਰਨਾਂ 'ਚ ਬੇਨਤੀ ਕਰਨੀ ਚਾਹੀਦੀ ਹੈ, ਗਰੀਬ ਨਿਵਾਜ ਨਾਨਕ ਨਿਰਗੁਣ ਗੁਣ ਕਰੇ ਗੁਣਵੰਤਿਆ ਗੁਣ ਦੇ। ਸੱਚੇ ਪਾਤਸ਼ਾਹ ਅਸੀਂ ਭੁੱਲਣ ਹਾਰ ਹਾਂ, ਸੰਸਾਰੀ ਜੀਵ ਹਾਂ, ਪਰ ਤੂੰ ਗੁਣੀ ਨਿਧਾਨ ਪਾਤਸ਼ਾਹ ਹੈ, ਤੇਰੇ ਹੱਥ ਸਭ ਕੁਝ ਹੈ। ਤੂੰ ਔਗੁਣ ਆਰਿਆਂ ਨੂੰ ਗੁਣ ਬਖਸ਼ ਦਿੰਦਾ ਹੈ, ਜਿਹੜੇ ਨਿਰਗੁਣ ਨੇ ਉਹਨਾਂ ਨੂੰ ਗੁਣ ਬਖਸ਼ ਦਿੰਦਾ ਹੈ। ਵੱਡੇ ਮੇਰੇ ਸਹਿਬਾ ਗੈਰ ਗੰਭੀਰਾ ਗੁਣੀ ਗਹੀਰਾ, ਕੋਈ ਨਾ ਜਾਣੈ ਤੇਰਾ ਕੀਤਾ ਕੇਵਡ ਚੀਰਾ। ਆਪਾਂ ਰੋਜ਼ ਪੜ੍ਹਦੇ ਹਾਂ, ਹਮ ਮੈਲੇ ਤੁਮ ਉਜਲ ਕਰਤੇ, ਹਮ ਨਿਰਗੁਣ ਤੂੰ ਦਾਤਾ, ਹਮ ਮੂਰਖ ਤੁਮ ਚਤਰ ਸਿਆਣੇ, ਤੂੰ ਸਰਬ ਕਲਾ ਕਾ ਗਿਆਤਾ ਮਾਧੋ, ਹਮ ਐਸੇ ਤੂੰ ਐਸਾ, ਹਮ ਪਾਪੀ ਤੁਮ ਪਾਪ ਖੰਡਨ ਨੀਕੋ ਠਾਕੁਰ ਦੇਸਾ, ਤੁਮ ਸਭ ਸਾਜੇ ਸਾਜ ਨਵਾਜੇ ਜੀਉ ਪਿੰਡ ਦੇ ਪ੍ਰਾਨਾ, ਨਿਰਗੁਣ ਆਰੇ ਗੁਣ ਨਹੀਂ ਕੋਈ, ਔਗੁਣਾਂ ਦੇ ਭਰੇ ਹੋਏ ਆ, ਕੋਈ ਗੁਣ ਨਹੀਂ ਸਾਡੇ ਵਿੱਚ, ਤੁਮ ਦਾਨ ਦੇਹੋ ਮਿਹਰਬਾਨ। ਸੱਚੇ ਪਾਤਸ਼ਾਹ ਇਹ ਦਾਨ ਤੁਹਾਡੇ ਦਰ ਤੋਂ ਪੈ ਸਕਦਾ ਸਾਡੀ ਝੋਲੀ ਵਿੱਚ, ਗੁਣ ਕੋਈ ਹੋਰ ਨਹੀਂ ਪਾ ਸਕਦਾ, ਸਾਨੂੰ ਗੁਣਵਾਨ ਬਣਾ ਸਕਦਾ ਤੇ ਤੂੰ ਬਣਾ ਸਕਦਾ, ਆਖੋ ਸਤਨਾਮ ਸ੍ਰੀ ਵਾਹਿਗੁਰੂ। ਗੁਣਵਾਨ ਬਣਾ ਸਕਦਾ ਤੇ ਤੂੰ ਬਣਾ ਸਕਦਾ ਹੈ, ਤੁਮ ਸਭ ਸਾਜੇ ਸਾਜ ਨਵਾਜੇ ਜੀਉ ਪਿੰਡ ਦੇ ਪ੍ਰਾਨਾ, ਨਿਰਗੁਣ ਆਰੇ ਗੁਣ ਨਹੀਂ ਕੋਈ, ਤੁਮ ਦਾਨ ਦਿਓ ਮਿਹਰਬਾਨਾ, ਤੁਮ ਨਿਧਾਨ ਟਲ ਸੁਲਤਾਨ, ਜੀ ਜੰਤ ਸਭ ਜਾਚੈ, ਕਹੋ ਨਾਨਕ ਹਮ ਇਹ ਹਵਾਲਾ, ਰਾਖ ਸੰਤਨ ਕਹਿ ਪਾਛੈ। ਆਓ ਫਿਰ ਮੰਗੀਏ ਝੋਲੀ ਅੱਡ ਕੇ ਸੱਚੇ ਪਾਤਸ਼ਾਹ ਦੇ ਚਰਨਾਂ ਚੋਂ, ਕੋਈ ਵੀ ਰਸਨਾ ਵਾਂਝੀ ਨਾ ਰਹੇ, ਫਿਰ ਅੱਗੇ ਵਿਚਾਰ ਕਰਾਂਗੇ।
ਔਗੁਣਾਂ ਦੇ ਭਰਿਆ ਹੋਇਆਂ ਨੂੰ, ਔਗੁਣਾਂ ਦੇ ਭਰਿਆ ਹੋਇਆਂ ਨੂੰ, ਦੇ ਭਰਿਆ ਭਰਿਆ ਹੋਇਆ ਨੂੰ, ਔਗੁਣਾ ਦੇ ਭਰਿਆ ਹੋਇਆ ਨੂੰ, ਨਾਮ ਦੇ ਭਰਿਆ ਹੋਇਆ ਨੂੰ, ਦੇ ਭਰਿਆ ਹੋਇਆ ਨੂੰ, ਆਪਣੀ ਮੱਤ ਦੇ ਕੇ ਸਮਝਾ ਲੈ, ਮੱਤ ਦੇ ਕੇ ਸਮਝਾ ਲੈ, ਔਗੁਣਾ ਦੇ ਭਰਿਆ ਹੋਇਆ, ਔਗੁਣਾ ਦੇ ਭਰਿਆ ਹੋਇਆ ਨੂੰ, ਮੱਤ ਦੇ ਕੇ ਸਮਝਾ ਲੈ, ਔਗੁਣਾ ਦੇ ਭਰਿਆ ਹੋਇਆ ਨੂੰ, ਔਗੁਣਾ ਦੇ ਭਰਿਆ ਹੋਇਆ ਨੂੰ, ਮੱਤ ਦੇ ਕੇ ਸਮਝਾ ਲੈ, ਔਗੁਣਾ ਦੇ ਭਰਿਆ ਹੋਇਆ ਨੂੰ, ਔਗੁਣਾ ਦੇ ਭਰਿਆ ਸਮਝਾ ਲੈ, ਉਹ ਮਤ ਦੇ ਕੇ ਸਮਝਾ ਲੈ, ਔਗੁਣਾ ਦੇ ਭਰਿਆ ਹੋਇਆ ਨੂੰ, ਔਗੁਣਾ ਦੇ ਭਰਿਆ ਨਿਰਗੁਣ ਯਾਰੇ ਗੁਣ ਨਹੀਂ ਕੋਈ, ਤੁਮ ਦਾਨ ਦੇਹੋ ਮਿਹਰ। ਜਿਨ੍ਹਾਂ ਨੇ ਫਿਰ ਉਹ ਮਾਲਕ ਦੀ ਕੀਰਤੀ ਕੀਤੀ, ਮਾਲਕ ਦੀ ਬੰਦਗੀ ਕੀਤੀ, ਜਿੰਨੇ ਗੁਣ ਸੱਚੇ ਪਾਤਸ਼ਾਹ ਦੇ ਵਿੱਚ ਨੇ, ਉਹ ਗੁਣਾਂ ਦਾ ਆਦਾਨ ਆਪਣੇ ਪਿਆਰਿਆਂ ਦੀ ਝੋਲੀ ਵਿੱਚ ਵੀ ਪਾ ਦਿੰਦਾ ਹੈ। ਉਹ ਗੁਣਾਂ ਦਾ ਆਦਾਨ ਆਪਣੇ ਸੇਵਕਾਂ ਦੀ ਝੋਲੀ ਵਿੱਚ ਵੀ ਪਾ ਦਿੰਦਾ ਹੈ। ਸਾਡੇ ਤੋਂ ਪਹਿਲਾਂ ਸਿੰਘ ਸਾਹਿਬ ਗਿਆਨੀ ਕਵਾਲ ਸਿੰਘ ਜੀ, ਜਥੇਦਾਰ ਤਖ਼ਤ ਸ੍ਰੀ ਪਟਨਾ ਸਾਹਿਬ, ਆਪ ਜੀ ਦੇ ਨਾਲ ਪਟਨਾ ਸਾਹਿਬ ਜੀ ਦੀ ਪਾਵਨ ਪਵਿੱਤਰ ਧਰਤੀ ਦਾ ਜ਼ਿਕਰ, ਸਾਲਸਰਾਏ ਜੌਹਰੀ ਦਾ ਜ਼ਿਕਰ ਕਰ ਰਹੇ ਸਨ। ਜਦੋਂ ਧੰਨ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਪਟਨਾ ਸਾਹਿਬ ਦੀ ਧਰਤੀ ਤੇ ਗਏ, ਉਦੋਂ ਇਸ ਧਰਤੀ ਦਾ ਨਾਂ ਪਟਨਾ ਸਾਹਿਬ ਦੀ ਧਰਤੀ ਨਹੀਂ ਸੀ, ਉਦੋਂ ਨਾਂ ਸੀ ਪਾਟਲੀ ਪੁੱਤਰ ਦੀ ਧਰਤੀ, ਜਿੱਥੇ ਅਸ਼ੋਕ ਰਾਜੇ ਨੇ ਰਾਜ ਕੀਤਾ। ਤੇ ਇੱਥੇ ਇੱਕ ਜੋਗੀ ਰਹਿੰਦਾ ਸੀ, ਜਿਹਦਾ ਨਾਂ ਇਤਿਹਾਸ ਦੇ ਵਿੱਚ ਜੈਤਮਲ ਜੋਗੀ ਆਉਂਦਾ।
ਕਹਿੰਦੇ ਜੈਤ ਮੱਲ ਜੋਗੀ ਰੋਜ ਉਹਨੇ 2:30 ਵਜੇ ਉੱਠਣਾ, ਇਸ਼ਨਾਨ ਕਰਨਾ, ਸੱਚੇ ਪਾਤਸ਼ਾਹ ਦੇ ਚਰਨਾਂ ਦਾ ਧਿਆਨ ਧਰਕੇ ਮਾਲਕ ਦੀ ਯਾਦ ਵਿੱਚ ਬੈਠਣਾ, ਦਿਨ ਦਾ ਚੜਾ ਹੋਣਾ, ਫਿਰ ਕਹਿੰਦੇ ਪੂੜੀਆਂ ਛੋਲਿਆਂ ਦੀ ਦੁਕਾਨ ਲਾਉਣੀ, ਪੂੜੀਆਂ ਛੋਲੇ ਵੇਚਣੇ, ਜਿਹੜਾ ਮੁਨਾਫਾ ਹੋਣਾ ਉਹਦੇ ਵਿੱਚੋਂ ਦਸਵੰਧ ਕੱਢਣਾ, ਫਿਰ ਉਹ ਦਸਵੰਧ ਦਾ ਗਰੀਬਾਂ ਵਾਸਤੇ ਪੂੜੀਆਂ ਛੋਲਿਆਂ ਦਾ ਲੰਗਰ ਲਾਉਣਾ। ਰੋਜ਼ ਉਹਨੇ ਉੱਠਣਾ, 2:30 ਵਜੇ ਜਾ ਕੇ ਗੰਗਾ ਤੇ ਇਸ਼ਨਾਨ ਕਰਨਾ। ਉਹਨੇ ਧੰਨ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਦਾ ਜਸ ਸੁਣਿਆ ਹੈ, ਸੋਭਾ ਸੁਣੀ ਹੈ ਕਿ ਕਲਯੁਗ ਦੇ ਵਿੱਚ ਧੰਨ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਜਗਤ ਜਲੰਦੇ ਨੂੰ ਤਾਰਨ ਵਾਸਤੇ ਸੰਸਾਰ ਤੇ ਆਏ ਨੇ। ਤਿੰਨ ਬੇਦੀਆਂ ਕੀ ਕੁੱਲ ਵਿਖੇ ਪ੍ਰਗਟੇ ਨਾਨਕ ਰਾਏ, ਸਭ ਸਿੱਖ ਨੂੰ ਕੋ ਸੁੱਖ ਦੇ ਜੈ ਤੇ ਭਏ ਸਹਾਏ। ਜਿੱਥੇ ਵੀ ਕੋਈ ਸੱਚੇ ਪਾਤਸ਼ਾਹ ਨੂੰ ਪਿਆਰ ਨਾਲ ਭਾਵਨਾ ਨਾਲ ਯਾਦ ਕਰਦਾ, ਗਰੀਬ ਨਿਵਾਜ ਆਪ ਜਾ ਕੇ ਉਹਨਾਂ ਨੂੰ ਦਰਸ਼ਨ ਬਖਸ਼ਦੇ ਨੇ, ਆਪ ਜਾ ਕੇ ਤਾਰਦੇ ਨੇ। ਕਹਿੰਦੇ ਜਦੋਂ ਉਹਨੇ 2:30 ਵਜੇ ਗੰਗਾ ਤੇ ਜਾ ਕੇ ਇਸ਼ਨਾਨ ਕਰਨਾ, ਆਪਣੇ ਘਰ ਵਾਪਸ ਆਉਣਾ, ਫਿਰ ਗੁਰੂ ਨਾਨਕ ਸਾਹਿਬ ਜੀ ਦੇ ਚਰਨਾਂ ਦਾ ਧਿਆਨ ਧਰਨਾ, ਕਹਿਣਾ ਗਰੀਬ ਨਿਵਾਜ ਕਿਰਪਾ ਕਰ ਦਿਓ, ਮਿਹਰ ਕਰ ਦਿਓ, ਕਿਤੇ ਆਪਣੇ ਦਰਸ਼ਨ ਦਾਰ ਬਖਸ਼ ਦਿਓ, ਤੁਹਾਡੇ ਦਰਸ਼ਨ ਹੋ ਜਾਣ। ਦਰਸ਼ਨ ਪਿਆਸੀ ਦਿਨ ਸਰਾਤ, ਚਿਤਵੋ ਅਨ ਦਿਨ ਨੀਤ, ਖੋਲ ਕਪਟ ਗੁਰ ਮੇਲੀਆ ਨਾਨਕ ਹਰ ਸੰਗ ਮੀਤ। ਰੋਜ਼ ਅਰਦਾਸ ਕਰਨੀ, ਅਰਦਾਸ ਜਦੋਂ ਗੁਰਸਿੱਖ ਅਰਦਾਸ ਕਰਦਾ ਹੈ ਨਾ, ਉਦੋਂ ਗੁਰਸਿੱਖ ਦੀ ਸਤਿਗੁਰਾਂ ਤੇ ਭਾਵਨਾ ਕੀ ਹੋਣੀ ਚਾਹੀਦੀ, ਸ਼ਰਧਾ ਕੀ ਹੋਣੀ ਚਾਹੀਦੀ। ਇਸਲਾਮ ਧਰਮ ਦੇ ਵਿੱਚ ਕਈ ਵਾਰ ਇਹ ਲਫ਼ਜ਼ ਵਰਤਿਆ ਜਾਂਦਾ ਵੀ ਆਹ ਗੱਲ ਐ ਹੋ ਜੇ ਤੇ ਸਮਝ ਲਓ ਸੱਤੇ ਖੈਰਾਂ ਹੀ ਮਿਲ ਗਈ, ਆਹ ਗੱਲ ਐ ਹੋ ਜੇ ਤੇ ਸਮਝ ਲਓ ਸੱਤੇ ਖੈਰਾਂ ਹੀ ਝੋਲੀ ਵਿੱਚ ਪੈ ਗਈ। ਉਹਨਾਂ ਦੀਆਂ ਸੱਤ ਖੈਰਾਂ ਵੱਖਰੀਆਂ ਨੇ, ਪਰ ਗੁਰਸਿੱਖ ਕਿਹੜੀਆਂ ਸੱਤ ਖੈਰਾਂ ਗੁਰੂ ਸਾਹਿਬ ਜੀ ਦੇ ਚਰਨਾਂ ਚੋਂ ਰੋਜ਼ ਮੰਗਦਾ ਹੈ? ਮੰਗਦਾ ਉਹ ਹੈ ਜਿਹੜਾ ਅੰਦਰੋਂ ਜੁੜਿਆ, ਜਿਹਦੇ ਅੰਦਰੋਂ ਸ਼ਰਧਾ ਅੰਦਰੋਂ ਭਾਵਨਾ ਬਣੀ। ਗੁਰਸਿੱਖ ਦੀਆਂ ਸੱਤ ਖੈਰਾਂ ਕਿਹੜੀਆਂ? ਆਪਾਂ ਅਰਦਾਸ ਕਰਦੇ ਹਾਂ, ਸੁਣਦੇ ਵੀ ਹਾਂ ਤੇ ਅਰਦਾਸ ਵਿੱਚ ਸਾਧ ਸੰਗਤ ਖੜੇ ਹੋ ਕੇ ਜੁੜਦੇ ਵੀ ਹਾਂ ਕਿ ਸੱਚੇ ਪਾਤਸ਼ਾਹ ਸਿੱਖਾਂ ਨੂੰ ਸਿੱਖੀ ਦਾਨ, ਕੇਸ ਦਾਨ, ਰਹਿਤ ਦਾਨ, ਵਿਵੇਕ ਦਾਨ, ਵਸਾਹੋ ਦਾਨ, ਭਰੋਸਾ ਦਾਨ, ਦਾਨਾ ਸਿਰ ਦਾਨ, ਨਾਮ ਦਾਨ, ਸ੍ਰੀ ਅੰਮ੍ਰਿਤਸਰ ਸਾਹਿਬ ਜੀ ਕੇ ਪਵਿੱਤਰ ਦਰਸ਼ਨ, ਇਹ ਸੱਤ ਖੈਰਾਂ ਨੇ। ਜਿਹੜਾ ਗੁਰਸਿੱਖ ਹੈ ਉਹ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਹਜ਼ੂਰੀ ਵਿੱਚ ਆ ਕੇ ਰੋਜ਼ ਝੋਲੀ ਅੱਡਦਾ ਹੈ,
ਗਰੀਬ ਤੇ ਗਰੀਬ ਨਵਾਜ, ਇਹ ਸੱਤ ਖੈਰਾਂ ਦਾ ਦਾਨ ਮੇਰੀ ਝੋਲੀ ਵਿੱਚ ਪਾ ਦਿਓ, ਮੇਰੀ ਝੋਲੀ ਵਿੱਚ ਸਿੱਖੀ ਦਾ ਦਾਨ ਪਾਓ, ਕੇਸ ਦਾਨ ਬਖਸ਼ੋ, ਰਹਿਤ ਦਾਨ ਬਖਸ਼ੋ, ਵਿਵੇਕ ਦਾ ਅਰਥ ਹੁੰਦਾ ਵੀ ਵਿਵੇਕ ਬੁੱਧੀ, ਦੁਰਮਤ ਦਾ ਨਾਸ ਹੋ ਜਾਏ, ਮੈਂ ਗੁਰਮਤ ਦਾ ਧਾਰਨੀ ਹੋ ਜਾ, ਮੇਰੇ ਵਿਚਾਰ ਅੱਛੇ ਹੋ ਜਾ, ਮੇਰੇ ਖਿਆਲ ਅੱਛੇ ਹੋ ਜਾ, ਮੈਂ ਚੰਗੀ ਸੋਚ ਦਾ ਧਾਰਨੀ ਹੋ ਜਾ, ਵਿਵੇਕ ਦਾਨ ਬਖਸ਼ੋ, ਵਿਸਾਹੋ ਦਾਨ ਤੇ ਭਰੋਸਾ ਦਾਨ, ਇਹ ਪੰਜਵੀਂ ਤੇ ਛੇਵੀਂ ਖੈਰ ਹੈ। ਵਿਸਾਹੋ ਦਾ ਅਰਥ ਹੁੰਦਾ ਵਿਸ਼ਵਾਸ ਤੇ ਭਰੋਸੇ ਦਾ ਅਰਥ ਹੁੰਦਾ ਹੈ ਯਕੀਨ। ਹੁਣ ਆਪਾਂ ਕਵਾਂਗੇ ਵੀ ਵਿਸ਼ਵਾਸ ਵੀ ਉਹੀ ਗੱਲ ਹੈ ਤੇ ਭਰੋਸਾ ਵੀ ਉਹੀ ਗੱਲ ਹੈ, ਪਰ ਇਹਨੂੰ ਥੋੜਾ ਜਿਹਾ ਵਿਦਵਾਨਾਂ ਦੀ ਮਤ ਅਨੁਸਾਰ ਜਾਂ ਗੁਰੂ ਦੀ ਮਤ ਅਨੁਸਾਰ ਥੋੜਾ ਡੰਗਾਈ ਨਾਲ ਸੋਚਣਾ ਕਿ ਜਦੋਂ ਗੁਰਸਿੱਖ ਗੁਰੂ ਦੇ ਚਰਨਾਂ ਚ ਅਰਦਾਸ ਕਰਦਾ ਹੈ ਉਹਨੂੰ ਆਪਣੇ ਗੁਰੂ ਤੇ ਵਿਸਾਹੋ ਭਾਵ ਵਿਸ਼ਵਾਸ ਕਿੰਨਾ ਹੋਣਾ ਚਾਹੀਦਾ। ਪੰਜਵੀਂ ਖੈਰ ਵੀ ਮੇਰਾ ਵਿਸ਼ਵਾਸ ਮਹਾਰਾਜ ਤੁਹਾਡੇ ਤੇ ਕਿੰਨਾ ਬਣ ਜਾਏ ਤੇ ਹੋਣਾ ਵੀ ਕਿੰਨਾ ਚਾਹੀਦਾ। ਵਿਸ਼ਵਾਸ ਇੰਨਾ ਹੋਵੇ ਕਿ ਸੱਚੇ ਪਾਤਸ਼ਾਹ ਤੂੰ ਹੈ, ਇਹ ਨਾ ਹੋਵੇ ਕਿ ਮੈਂ ਕੇਵਲ ਇੱਕ ਗ੍ਰੰਥ ਦੇ ਅੱਗੇ ਅਰਦਾਸ ਕਰਦੇ ਹਾਂ, ਕੇਵਲ ਇੱਕ ਗ੍ਰੰਥ ਨੂੰ ਮੱਥਾ ਟੇਕ ਰਿਹਾ। ਅਜਿਹੀ ਵਿਚਾਰ ਸ੍ਰੀ ਮਾਨ ਸੰਤ ਬਾਬਾ ਸੁਖਦੇਵ ਸਿੰਘ ਜੀਆਂ ਨੇ ਬਾਜਪੁਰ ਸਮਾਗਮ ਦੇ ਵਿੱਚ ਕੀਤੀ ਕਿ ਧੰਨ ਬਾਬਾ ਆਨੰਦ ਸਿੰਘ ਜੀ ਮਹਾਰਾਜ ਤੇ ਇੱਥੇ ਤੱਕ ਕਿਹਾ ਕਰਦੇ ਸਨ ਗੁਰੂਆਂ ਦੇ ਗੁਰੂ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ। ਕਿਉਂ? ਕਿਉਂਕਿ ਇਹ ਉਹ ਬਾਣੀ ਹੈ ਜਿਹੜੀ ਬਾਣੀ ਨੂੰ ਗੁਰੂਆਂ ਨੇ ਵੀ ਮੱਥਾ ਟੇਕਿਆ ਹੈ, ਪਾਤਸ਼ਾਹੀਆਂ ਨੇ ਵੀ ਮੱਥਾ ਟੇਕਿਆ ਹੈ, ਔਰ ਇੱਕ ਗ੍ਰੰਥ ਜਾਣ ਕੇ ਨਹੀਂ, ਪੋਥੀ ਪਰਮੇਸ਼ਰ ਕਾ ਥਾਂ, ਪਰਮੇਸ਼ਰ ਜਾਣ ਕੇ ਪੂਜਦੇ ਰਹੇ, ਪਰਮੇਸ਼ਰ ਜਾਣ ਕੇ ਮੰਨਦੇ ਰਹੇ, ਪਰਮੇਸ਼ਰ ਜਾਣ ਕੇ ਸੇਵਾ ਕਰਦੇ ਰਹੇ। ਇੱਕ ਉਹ ਅਮਰ ਕਥਾ ਜਿਹੜੀ ਅਮਰ ਹੋਣ ਵਾਸਤੇ ਸਾਰੀ ਸੁਣਨੀ ਪੈਂਦੀ ਸੀ, ਸਾਰੀ ਸੁਣਨੀ ਪੈਂਦੀ ਸੀ ਅਮਰ ਹੋਣ ਵਾਸਤੇ, ਪਰ ਸਾਧ ਸੰਗਤ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਾਵਨ ਪਵਿੱਤਰ ਬਾਣੀ ਦਾ ਕੱਲਾ ਕੱਲਾ ਅੱਖਰ ਅਮਰ ਕਥਾ ਹੈ, ਕੱਲਾ ਕੱਲਾ ਅੱਖਰ ਅਮਰ, ਪਰ ਕਿਤੇ ਭਾਵਨਾ ਬਣ ਜਾਏ, ਕਿਤੇ ਸ਼ਰਧਾ ਬਣ ਜਾਏ, ਵਿਸ਼ਵਾਸ ਕਿ ਸੱਚੇ ਪਾਤਸ਼ਾਹ ਤੂੰ ਹੈ, ਇਹ ਨਾ ਹੋਵੇ ਕਿ ਕੇਵਲ ਇੱਕ ਕਾਗਜ਼ਾਂ ਦਾ ਗ੍ਰੰਥ ਹੈ, ਇੱਕ ਅੱਖਰ ਨੇ ਨਹੀਂ। ਸਾਧ ਸੰਗਤ ਇੱਕ ਹੁੰਦਾ ਵੇਖਣਾ ਤੇ ਇੱਕ ਹੁੰਦਾ ਹੈ ਵੇਖਣਾ, ਵੇਖਣਾ ਹੋਰ ਗੱਲ ਹੈ, ਵੇਖਣਾ ਹੋਰ ਗੱਲ ਹੈ। ਵੇਖਣ ਵਾਲਿਆਂ ਦੀ ਕਿਤੇ ਵਡਿਆਈ ਨਹੀਂ ਆਈ, ਵੇਖਣ ਵਾਲਿਆਂ ਦਾ ਕਿਤੇ ਨਾਂ ਨਹੀਂ ਆਇਆ, ਵਡਿਆਈ ਕਿਹਦੀ ਆਈ ਹੈ? ਜਿਨ੍ਹਾਂ ਨੇ ਵੇਖਿਆ ਨਹੀਂ, ਜਿਨ੍ਹਾਂ ਨੇ ਵੇਖਿਆ ਹੈ।
ਤੇ ਪੇਖਿਆ ਪਿਆਰਿਓ ਇਹਨਾਂ ਨੇਤਰਾਂ ਨਾਲ ਨਹੀਂ ਜਾਂਦਾ, ਪੇਖਿਆ ਭਾਵਨਾ ਨਾਲ ਜਾਂਦਾ ਹੈ। ਤੇ ਭਾਵਨਾ ਤਾਂ ਬਣੇਗੀ ਜੇ ਅੰਤਰ ਗੁਰ ਅਰਾਧਣਾ, ਜੇਬਾ ਜਪ ਗੁਰ ਨਾਉ, ਅੰਦਰੋਂ ਸਤਿਗੁਰਾਂ ਦੇ ਚਰਨਾਂ ਦਾ ਧਿਆਨ ਧਰਾਂਗੇ ਔਰ ਆਪਣੀ ਰਸਨਾ ਤੋਂ ਵਾਹਿਗੁਰੂ 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 ਦਾ ਸਿਮਰਨ ਕਰਾਂਗੇ। ਫਿਰ ਭਾਵਨਾ ਬਣਦੀ ਹੈ, ਫਿਰ ਸ਼ਰਧਾ ਬਣਦੀ ਹੈ। ਤੇ ਸਾਧ ਸੰਗਤ ਜਦੋਂ ਗੁਰਸਿੱਖ ਅਰਦਾਸ ਕਰਦਾ ਉਦੋਂ ਅਰਦਾਸ ਇਹ ਕਰੇ, ਸੱਚੇ ਪਾਤਸ਼ਾਹ ਮੈਨੂੰ ਆਹ ਦੁਨਿਆਵੀ ਨੇਤਰ ਤੇ ਬਖਸ਼ ਦਿੱਤੇ, ਮੈਨੂੰ ਆਹ ਦੁਨਿਆਵੀ ਨੇਤਰ ਤੇ ਬਖਸ਼ ਦਿੱਤੇ, ਕਿਰਪਾ ਕਰੋ ਮੈਨੂੰ ਭਾਵਨਾ ਦੇ ਨੇਤਰ ਬਖਸ਼ ਦਿਓ, ਕਿਰਪਾ ਕਰੋ ਮੈਨੂੰ ਸ਼ਰਧਾ ਦੇ ਨੇਤਰ ਬਖਸ਼ ਦਿਓ। ਫਿਰਤ ਫਿਰਤ ਪ੍ਰਭ ਆਇਆ ਪਰਿਆ ਤੋ ਸਰਣਾਏ, ਨਾਨਕ ਕੀ ਪ੍ਰਭ ਬੇਨਤੀ ਆਪਣੀ ਭਗਤੀ ਭਗਤੀ ਲਾਏ। ਤੇ ਗਰੀਬ ਨਵਾਜ ਜਦੋਂ ਤੁਸੀਂ ਮੈਨੂੰ ਸ਼ਰਧਾ ਦੇ ਨੇਤਰ ਬਖਸ਼ੋਗੇ, ਭਾਵਨਾ ਦੇ ਨੇਤਰ ਬਖਸ਼ੋਗੇ, ਫਿਰ ਕੀ ਹੋਏਗਾ। ਤੇਰੇ ਰਾਜ ਰਾਜ ਦਰਸ਼ਨ ਪਾਵਾਂ, ਇੱਕ ਵਾਰੀ ਖੋਲ ਅੱਖੀਆਂ ਤੇਰੇ ਰਾਜ ਰਾਜ ਦਰਸ਼ਨ ਪਾਵਾਂ, ਇੱਕ ਵਾਰੀ ਖੋਲ ਅੱਖੀਆਂ ਤੇਰੇ ਰਾਜ ਰਾਜ ਦਰਸ਼ਨ ਅਰਦਾਸੇ ਕਰੋ ਗਰੀਬ ਨਵਾਜ਼, ਉਹ ਅੱਖਾਂ ਬਖਸ਼ ਦਿਓ, ਉਹ ਨੇਤਰ ਬਖਸ਼ ਦਿਓ, ਉਹ ਭਾਵਨਾ ਬਖਸ਼ ਦਿਓ, ਜਿਹੜੀ ਭਾਵਨਾ ਦੇ ਨਾਲ ਧੰਨ ਬਾਬਾ ਨੰਦ ਸਿੰਘ ਮਹਾਰਾਜ ਜੀ ਨੇ ਆਪ ਜੀ ਨੂੰ ਵੇਖਿਆ। ਆਪਾਂ ਉਹਨਾਂ ਦੇ ਨਾਮ ਸ਼ਰੀਕ ਸੰਗੀ ਸੇਵਕ ਬੈਠੇ, ਉਹ ਭਾਵਨਾ ਬਖਸ਼ ਦਿਓ ਜਿਹੜੀ ਭਾਵਨਾ ਦੇ ਨਾਲ ਧੰਨ ਬਾਬਾ ਈਸ਼ਰ ਸਿੰਘ ਮਹਾਰਾਜ ਜੀ ਨੇ ਆਪ ਜੀ ਦੀ ਸੇਵਾ ਕੀਤੀ। ਉਹਨਾਂ ਦੇ ਚਰਨ ਸੇਵਕ ਧੰਨ ਧੰਨ ਬਾਬਾ ਕੁੰਦਨ ਸਿੰਘ ਜੀ ਮਹਾਰਾਜ, ਇੱਕ ਵੇਰਾਂ ਝੋਰੜਾਂ ਗਏ ਦੀਵਾਨ ਸਜਾਉਣ ਵਾਸਤੇ, ਦੀਵਾਨ ਸਜਾਉਣ ਵਾਸਤੇ ਗਏ, ਬਾਬਾ ਜੀ ਨੇ ਕੀਰਤਨ ਕੀਤਾ ਕਥਾ ਕੀਤੀ, ਪ੍ਰਕਰਨ ਇਹੀ ਰੱਖਿਆ, ਆਗਿਆ ਭਈ ਅਕਾਲ ਕੀ ਤਵੀ ਚਲਾਇਓ, ਪੰਥ ਸਭ ਸਿੱਖਣ ਕੋ ਹੁਕਮ ਹੈ ਗੁਰੂ ਮਾਨਿਓ ਗ੍ਰੰਥ। ਸੰਗਤਾਂ ਨੂੰ ਆਪਣੇ ਵਿਚਾਰਾਂ ਰਾਹੀਂ ਸਮਝਾਇਆ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਸੇਵਾ ਕਿਵੇਂ ਕਰਨੀ। ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਨੂੰ ਮੰਨਣਾ ਕਿਵੇਂ ਹੈ, ਪੂਜਣਾ ਕਿਵੇਂ ਹੈ। ਸਮਾਪਤੀ ਹੋ ਗਈ, ਬਾਬਾ ਜੀ ਵਾਪਸ ਆ ਗਏ ਤੇ ਦੂਸਰੇ ਦਿਨ
ਝੋਰੜਾ ਨਗਰ ਦੇ ਕੁਝ ਕੁ ਪ੍ਰੇਮੀ ਜਦੋਂ ਨਾਨਕ ਸਰ ਕਲੇਰਾਂ ਆਏ ਬਾਬਾ ਈਸ਼ਰ ਸਿੰਘ ਮਹਾਰਾਜ ਜੀਆਂ ਦੇ ਕੋਲ ਆ ਕੇ ਉਹਨਾਂ ਨੇ ਕੱਲ ਦੇ ਦੀਵਾਨ ਬਾਰੇ ਦੱਸਿਆ। ਕੱਲ ਆਪ ਜੀ ਦੇ ਸੇਵਾਦਾਰ ਬਾਬਾ ਕੁੰਦਨ ਸਿੰਘ ਜੀ ਨੇ ਬੜੀ ਸੋਹਣੀ ਸੇਵਾ, ਬੜਾ ਸੋਹਣਾ ਕੀਰਤਨ, ਬੜੇ ਸੋਹਣੇ ਵਿਚਾਰ, ਬੜੀ ਸੋਹਣੀ ਕਥਾ ਕੀਤੀ, ਬੜੇ ਵਿਸਥਾਰ ਦੇ ਨਾਲ ਸਮਝਾਇਆ। ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਸੇਵਾ ਕਿਵੇਂ ਕਰਨੀ, ਬੜੇ ਪਿਆਰ ਨਾਲ ਸਮਝਾਇਆ। ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਨੂੰ ਮੰਨਣਾ ਕਿਵੇਂ ਹੈ, ਪੂਜਣਾ ਕਿਵੇਂ ਹੈ। ਸੰਗਤਾਂ ਵਾਪਸ ਚਲੀਆਂ ਗਈਆਂ ਤੇ ਬਾਬਾ ਈਸ਼ਰ ਸਿੰਘ ਮਹਾਰਾਜ ਜੀ ਨੇ ਬਾਬਾ ਕੁੰਦਨ ਸਿੰਘ ਮਹਾਰਾਜ ਨੂੰ ਆਪਣੇ ਕੋਲ ਬੁਲਾ ਲਿਆ। ਕੋਲ ਬੁਲਾ ਕੇ ਕਹਿਣ ਲੱਗੇ, ਕੁੰਦਨ ਭਾਈ ਕਹਿਣੀ ਤੱਕ ਸੀਮਤ ਨਹੀਂ ਰਹਿਣਾ, ਕਰਨੀ ਕਰਕੇ ਵਿਖਾਉਣੀ ਹੈ, ਕਰਨੀ। ਜੇ ਕਹਿਣਾ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਨੂੰ ਇਵੇਂ ਮੰਨਣਾ ਤੇ ਮੰਨ ਕੇ ਵਿਖਾ। ਜੇ ਕਹਿੰਦੇ ਹੋ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਸੇਵਾ ਇਵੇਂ ਕਰਨੀ ਹੈ ਤੇ ਸੇਵਾ ਕਰਕੇ ਦਿਖਾ। ਜੇ ਕਹਿੰਦੇ ਹੋ ਪੂਜਣਾ ਇਵੇਂ ਹੈ ਤੇ ਪੂਜ ਕੇ ਦਿਖਾ। ਭਾਈ ਕਹਿਣੀ ਤੱਕ ਨਹੀਂ, ਕਰਨੀ ਕਰਕੇ ਲਿਖਾਉਣੀ ਹੈ, ਕਰਨੀ। ਧੰਨ ਬਾਬਾ ਕੁੰਦਨ ਸਿੰਘ ਮਹਾਰਾਜ ਜੀਆਂ ਨੇ ਉਹ ਆਪਣੇ ਮੁਰਸ਼ਦ ਦਾ ਬਚਨ ਐਸਾ ਪੱਲੇ ਵਿੱਚ ਬੰਨਿਆ, ਐਸਾ ਪੱਲੇ ਵਿੱਚ ਬੰਨਿਆ। ਫਿਰ ਸਾਧ ਸੰਗਤ 44-45 ਸਾਲ ਬਿਨ ਨਾਗਾ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਸੇਵਾ ਕੀਤੀ। ਪ੍ਰਗਟ ਗੁਰਾਂ ਕੀ ਦੇਹ ਜਾਣ ਕੇ, ਪ੍ਰਤੱਖ ਜਾਣ ਕੇ ਮੰਨਿਆ ਪੂਜਿਆ ਤੇ ਸਾਧ ਸੰਗਤ ਸਿਖਾਇਆ ਆਪਣੇ ਸੇਵਾਦਾਰਾਂ ਨੂੰ ਕਿ ਗੁਰਬਾਣੀ ਦੀ ਸੇਵਾ ਕਿਵੇਂ ਕਰਨੀ ਹੈ, ਮੰਨਣਾ ਕਿਵੇਂ ਹੈ। ਇਸ ਕਰਕੇ ਆਪਾਂ ਉਹਨਾਂ ਦੇ ਨਾਮ ਤਰੀਕ ਸੰਗੀਆਂ ਤੇ ਝੋਲੀ ਅੱਡ ਕੇ ਦਾਤੇ ਹੀ ਮੰਗਣੀ ਹੈ ਕਿ ਸੱਚੇ ਪਾਤਸ਼ਾਹ ਅਸੀਂ ਵੀ ਕੇਵਲ ਵੇਖਣ ਤੱਕ ਸੀਮਤ ਨਾ ਰਹਿ ਜਾਈਏ, ਅਸੀਂ ਵੀ ਕੇਵਲ ਮੱਥਾ ਟੇਕਣ ਤੱਕ ਸੀਮਤ ਨਾ ਰਹਿ ਜਾਈਏ। ਜਿਵੇਂ ਉਹ ਪੂਜਦੇ ਰਹੇ, ਮੰਨਦੇ ਰਹੇ, ਸੇਵਾ ਕਰਦੇ ਰਹੇ, ਉਹ ਦਾਤ ਸਾਡੀ ਝੋਲੀ ਵਿੱਚ ਵੀ ਪਾ ਦਿਓ। ਉਹ ਭਾਵਨਾ ਦੀਆਂ ਅੱਖੀਆਂ, ਉਹ ਸ਼ਰਧਾ ਦੀਆਂ ਅੱਖੀਆਂ ਸਾਨੂੰ ਵੀ ਬਖਸ਼ ਦਿਓ, ਸਾਨੂੰ ਵੀ ਬਖਸ਼ ਦਿਓ। ਉਹ ਤੇਰੇ ਰਾਜ ਰਾਜ ਦਰਸ਼ਨ ਪਾਵਾਂ, ਇੱਕ ਵਾਰੀ ਖੋਲ ਅੱਖੀਆਂ ਤੇਰੇ ਰਾਜ ਰਾਜ ਦਰਸ਼ਨ ਪਾਵਾਂ, ਇੱਕ ਵਾਰੀ ਖੋਲ ਅੱਖੀਆਂ ਤੇਰੇ ਰਾਜ ਰਾਜ ਦਰਸ਼ਨ ਪਾਵਾਂ, ਇੱਕ ਵਾਰੀ ਖੋਲ ਰਾਜ ਦਰਸ਼ਨ ਪਾਵਾਂ, ਇੱਕ ਵਾਰੀ ਖੋਲ ਅੱਖੀਆਂ। ਰਾਜ ਰਾਜ ਦਰਸ਼ਨ ਪਾਵਾਂ, ਇੱਕ ਵਾਰੀ ਖੋਲ ਅੱਖੀਆਂ, ਰਾਜ ਰਾਜ ਦਰਸ਼ਨ
ਇੱਕ ਵਾਰੀ ਖੋਲੇ ਕੋਈ ਤੈ ਕਹਿੰਦੇ ਪਿਆਰਾ ਦਿਲ ਵਿੱਚ ਵਸਦਾ ਕੋਈ ਤਾਂ ਕਹਿੰਦੇ ਪਿਆਰਾ ਦਿਲ ਵਿੱਚ ਵਸਦਾ ਪਰ ਅਸਲੀ ਟਿਕਾਣਾ ਤੇਰਾ ਕੋਈ ਵੀ ਨਾ ਦੱਸਦਾ 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 ਕਰਾਂ ਤੇ ਕਿਧਰ ਨੂੰ ਜਾਵਾਂ ਇੱਕ ਵਾਰੀ ਖੋਲ ਤੇਰਾ ਰਜ ਰਜ ਦਰਸ਼ਨ ਪਾਵਾਂ ਇੱਕ ਵਾਰੀ ਖੋਲ ਤੇਰਾ ਰਜ ਦਰਸ਼ਨ ਪਾਵਾਂ ਇੱਕ ਵਾਰੀ ਖੋਲ ਅਰਦਾਸ ਕਰੀਏ ਗਰੀਬ ਨਿਵਾਜ ਸਾਡਾ ਵਿਸ਼ਵਾਸ ਇੰਨਾ ਬਣ ਜੇ ਸਾਡੀ ਭਾਵਨਾ ਇੰਨੀ ਬਣ ਜੇ ਕਿ ਗਰੀਬ ਨਿਵਾਜ ਤੂੰ ਹੈ ਕੇਵਲ ਗ੍ਰੰਥ ਨਹੀਂ ਦਸਾਂ ਪਾਤਸ਼ਾਹੀਆਂ ਦੀ ਜਾਗ ਦੀ ਜੋਤ ਪ੍ਰਤੱਖ ਧੰਨ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਆਪ ਬੈਠੇ ਨੇ ਆਖੋ ਸਤਨਾਮ ਸ੍ਰੀ ਵਾਹਿਗੁਰੂ ਬਾਣੀ ਗੁਰੂ ਗੁਰੂ ਹੈ ਬਾਣੀ ਵਿੱਚ ਬਾਣੀ ਅੰਮ੍ਰਿਤ ਸਾਰੇ ਗੁਰਬਾਣੀ ਕਹੇ ਸੇਵਕ ਜਨ ਮਾਨੈ ਪ੍ਰਤੱਖ ਗੁਰੂ ਨਿਸਤਾਰੇ ਗੁਰੂ ਸਾਹਿਬ ਆਪ ਹਾਜ਼ਰ ਨਾਜ਼ਰ ਪ੍ਰਤੱਖ ਸਾਡੇ ਸਾਹਮਣੇ ਬੈਠੇ ਇੰਨਾ ਵਿਸ਼ਵਾਸ ਬਣ ਜਾਏ ਇੰਨੀ ਭਾਵਨਾ ਬਣ ਜਾਏ ਹੁਣ ਕਹਿੰਦੇ ਆਪਣੇ ਗੁਰੂ ਤੇ ਫਿਰ ਯਕੀਨ ਕਿੰਨਾ ਹੋਣਾ ਚਾਹੀਦਾ ਭਰੋਸਾ ਕਿੰਨਾ ਹੋਣਾ ਚਾਹੀਦਾ ਵਿਸ਼ਵਾਸ ਤੇ ਇੰਨਾ ਹੋਵੇ ਕਿ ਗਰੀਬ ਨਿਵਾਜ ਤੂੰ ਹੈ ਭਰੋਸਾ ਕਿੰਨਾ ਹੋਵੇ ਯਕੀਨ ਕਿੰਨਾ ਹੋਵੇ ਯਕੀਨ ਇੰਨਾ ਹੋਵੇ ਕਿ ਗਰੀਬ ਨਿਵਾਜ ਜਦੋਂ ਵੀ ਤੈਨੂੰ ਆਜ਼ਾਦ ਕਰਾਂਗੇ ਨਾ ਤੂੰ ਸਾਡੀਆਂ ਪੁਕਾਰਾਂ ਸੁਣ ਕੇ ਆਵੇਂਗਾ ਆਖੋ ਸਤਨਾਮ ਜਦੋਂ ਵੀ ਤੈਨੂੰ ਆਜ਼ਾਦ ਕਰਾਂਗੇ ਤੂੰ ਸਾਡੀਆਂ ਪੁਕਾਰਾਂ ਸੁਣ ਕੇ ਆਵੇਂਗਾ ਔਰ ਇਹ ਗੱਲ ਤਿੰਨ ਕਾਲ ਸੱਤ ਹੈ ਜਦੋਂ ਵੀ ਕਿਸੇ ਨੇ ਭਾਵਨਾ ਦੇ ਨਾਲ ਸ਼ਰਧਾ ਦੇ ਨਾਲ ਯਾਦ ਕੀਤਾ ਉਦੋਂ ਸੱਚੇ ਪਾਤਸ਼ਾਹ
ਦਰਸ਼ਨ ਦਦਾਰੇ ਦੇਣ ਵਾਸਤੇ ਆਪ ਚੱਲ ਕੇ ਗਏ, ਆਪ ਚੱਲ ਕੇ ਗਏ ਨੇ। ਹੁਣ ਸਾਧ ਸੰਗਤ ਇਵੇਂ ਹੀ ਸ਼ਰਧਾ ਭਾਵਨਾ ਵਿਸ਼ਵਾਸ ਜੈਤ ਵੱਲ ਜੋਗੀ ਧੰਨ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਦੇ ਚਰਨਾਂ ਚ ਰੋਜ਼ ਅਰਦਾਸ ਕਰਦਾ ਰੋਜ਼ ਕਿ ਗਰੀਬ ਨਵਾਜ ਸੱਜਣ ਠੱਗ ਦਾ ਦਪਾਲਪੁਰ ਦੇ ਕੋੜੀਏ ਦਾ ਭੂਮੀਏ ਚੋਰ ਦਾ ਕੋਈ ਗੁਣ ਉਗਣ ਨਹੀਂ ਚਿਤਾਰਿਆ, ਗਰੀਬ ਨਵਾਜ ਜਿਵੇਂ ਉਹਨਾਂ ਤੇ ਕਿਰਪਾ ਕੀਤੀ ਉਹਨਾਂ ਤੇ ਮਿਹਰ ਕੀਤੀ ਉਵੇਂ ਮੇਰੇ ਤੇ ਵੀ ਕਿਰਪਾ ਕਰ ਦਿਓ, ਉਵੇਂ ਮੇਰੇ ਤੇ ਵੀ ਮਿਹਰ ਕਰ ਦਿਓ। ਪੰਥ ਨਿਹਾਰੈ ਕਾਮਨੀ ਲੋਚਨ ਭਰੀ ਲੈ ਉਸਾਸਾ, ਉਰਨਾ ਭਿੱਜੈ ਪਗ ਨਾ ਖਿਸੈ ਹਰ ਦਰਸ਼ਨ ਕੀ ਆਸਾ। ਰੋਜ਼ ਬਹਿ ਜਾਣਾ ਇਸ਼ਨਾਨ ਕਰਕੇ ਔਰ ਧੰਨ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਦੇ ਚਰਨਾਂ ਚ ਅਰਦਾਸਾਂ ਬੇਨਤੀਆਂ ਕਰਨੀਆਂ। ਮਨ ਲੋਚਦਾ ਤਰਸ ਦੀਆਂ ਅੱਖੀਆਂ ਤੇਰਿਆਂ ਦਵਾਰਿਆਂ, ਮਨ ਲੋਚਦਾ ਤਰਸ ਦੀਆਂ ਅੱਖੀਆਂ ਤੇਰਿਆਂ ਦਵਾਰਿਆਂ, ਤਰਸਦੀਆਂ ਅੱਖੀਆਂ ਤੇਰਿਆਂ ਦਵਾਰਿਆਂ, ਮਨ ਲੋਚਦਾ ਤਰਸਦੀਆਂ ਅੱਖੀਆਂ ਤੇਰਿਆਂ ਦਵਾਰਿਆਂ, ਮਨ ਲੋਚਦਾ ਤਰਸਦੀਆਂ ਅੱਖੀਆਂ ਤੇਰਿਆਂ ਦਵਾਰਿਆਂ, ਮਨ ਲੋਚਦਾ ਤਰਸਦੀਆਂ ਅੱਖੀਆਂ ਤੇਰੇ।
ਦਿਨ ਸਰਾਰ ਚਿਤਵੋ ਅਨਦਿਨ ਨੀਤ ਖੋਲ ਕਪਟ ਗੁਰ ਮੇਲੀਆ ਨਾਨਕ ਹਰ ਸੰਗ ਮੀਤ। ਬਾਬਾ ਆਨੰਦ ਸਿੰਘ ਜੀ ਮਹਾਰਾਜ ਕਈ ਵਾਰ ਉਹਨਾਂ ਨੇ ਵਚਨ ਕਰਨਾ ਕਹਿਣਾ ਭਾਈ ਰਿਸ਼ਤੇਦਾਰਾਂ ਨੂੰ ਮਿੱਤਰਾਂ ਨੂੰ ਦੋਸਤਾਂ ਨੂੰ ਰੋਜ਼ ਉਡੀਕਦਾ ਇੰਨਾ ਬੜਾ ਸਮਾਂ ਹੋ ਗਿਆ ਫਲਾਨਾ ਆਇਆ ਨਹੀਂ, ਬੜਾ ਸਮਾਂ ਹੋ ਗਿਆ ਫਲਾਨਾ ਆਇਆ ਨਹੀਂ। ਕਦੇ ਆਪਣੇ ਘਰ ਗੁਰੂ ਨਾਨਕ ਨੂੰ ਵੀ ਉਡੀਕਿਆ ਹੈ? ਕਿਤੇ ਆਖਿਆ ਵੀ ਬੜਾ ਸਮਾਂ ਹੋ ਗਿਆ ਸਤਿਗੁਰੂ ਆਏ ਨਹੀਂ? ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਮੁਬਾਰਕ ਚਰਨ ਪਏ ਨੀ, ਬਾਣੀ ਦੇ ਪ੍ਰਵਾਹ ਚੱਲੇ ਨੀ, ਸੇਵਾ ਦੇ ਸਿਮਰਨ ਦੇ ਪ੍ਰਵਾਹ ਚੱਲੇ ਨੀ, ਸੰਗਤਾਂ ਦੇ ਚਰਨ ਪਏ ਨੀ? ਕਹਿੰਦੇ ਰਿਸ਼ਤੇਦਾਰਾਂ ਨੂੰ ਮਿੱਤਰਾਂ ਨੂੰ ਦੋਸਤਾਂ ਨੂੰ ਰੋਜ਼ ਉਡੀਕਦਾ ਹੈ, ਆਪਣੇ ਘਰ ਗੁਰੂ ਨਾਨਕ ਨੂੰ ਉਡੀਕਿਆ ਕਰ। ਜੇ ਅੰਦਰੋਂ ਉਡੀਕੇਗਾ ਭਾਵਨਾ ਨਾਲ ਸ਼ਰਧਾ ਨਾਲ ਅਰਦਾਸ ਕਰੇਗਾ ਸੱਚੇ ਪਾਤਸ਼ਾਹ ਕਰ ਦਿਓ ਕਿਰਪਾ ਕਰ ਦਿਓ ਮੇਰਾ, ਫਿਰ ਕਬੀਰ ਕੇਸੋ ਕੇਸੋ ਕੂਕੀਐ ਨਾ ਸੋਈਐ ਅਸਾਰ, ਰਾਤ ਦਿਵਸ ਕੇ ਕੂਕ ਨੇ ਕਬਹੂੰ ਕੇ ਸੁਣੇ ਪੁਕਾਰ। ਜੈਤਮਲ ਜੋਗੀ ਦੀਆਂ ਪੁਕਾਰਾਂ ਸੁਣੀਆਂ ਗਈਆਂ। ਧੰਨ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਜੈਤਮਲ ਜੋਗੀ ਦੇ ਘਰ ਗਏ, ਪਾਟਲੀ ਪੁੱਤਰ ਦੀ ਧਰਤੀ ਤੇ ਗਏ ਤਾਰਨ ਵਾਸਤੇ। ਜਦੋਂ ਜੈਤਮਲ ਜੋਗੀ ਦੇ ਘਰ ਗਏ, ਜੈਤਮਲ ਜੋਗੀ ਨੇ ਸੱਚੇ ਪਾਤਸ਼ਾਹ ਨੂੰ ਤੱਕਿਆ, ਦਰਸ਼ਨ ਦਾਰ ਕੀਤੇ, ਅੰਦਰ ਸੱਚਾ ਨੇਹੋ ਲਾਇਆ, ਪ੍ਰੀਤਮ ਆਪਣੇ ਤਨ ਮਨ ਹੋਏ ਨਿਹਾਲ, ਜਾ ਗੁਰ ਦੇਖਾਂ ਸਾਹਮਣੇ ਸਾਹਮਣੇ, ਰੋ ਰੋ ਸਤਿਗੁਰਾਂ ਦੇ ਚਰਨ ਧੋ ਦਿੱਤੇ। ਸਤਿਗੁਰੂ ਕਹਿੰਦੇ ਜੈਤਮਲ ਇੰਨਾ ਵਿਰਾਗ ਕਿਹੜੀ ਗੱਲ ਦਾ ਰੋਣਾ? ਕਹਿੰਦੇ ਸੱਚੇ ਪਾਤਸ਼ਾਹ ਮੈਨੂੰ ਦੁਨੀਆ ਵਾਲੇ ਕਹਿੰਦੇ ਸਨ ਤੂੰ ਕਿੱਥੇ ਬੈਠਾ ਤੇ ਗੁਰੂ ਨਾਨਕ ਸਾਹਿਬ ਕਿੱਥੇ? ਜਿੰਨਾ ਚਿਰ ਖੁਦ ਜਾ ਕੇ ਬੇਨਤੀ ਨਹੀਂ ਕਰਦਾ ਓਨਾ ਚਿਰ ਤੇਰੇ ਘਰ ਕਿਵੇਂ ਆ ਜਾਣਗੇ, ਕਿਵੇਂ ਆ ਜਾਣਗੇ? ਪਰ ਮੇਰੀ ਭਾਵਨਾ ਮੇਰੀ ਸ਼ਰਧਾ ਕਹਿੰਦੀ ਸੀ ਚਰਨ ਸ਼ਰਨ ਗੁਰ ਏਕ ਪੈਂਡਾ ਜਾਏ ਚੱਲ ਸਤਿਗੁਰ ਕੋਟ ਪੈਂਡਾ ਆਗੇ ਹੋਏ। ਸਾਧ ਸੰਗਤ ਕਹਿੰਦੇ ਚਕੋਰ ਨੇ ਪਿਆਰ ਪਾਲਿਆ ਚੰਨ ਦੇ ਨਾਲ, ਪਰ ਕਹਿੰਦੇ ਚੰਨ ਨੇ ਉਹਦੇ ਪਿਆਰ ਦੀ ਕਦਰ ਨਹੀਂ ਪਾਈ। ਕਿਸੇ ਆਖਿਆ ਚਕੋਰ ਨੂੰ ਸੁਣ ਯਾਰਾ ਤੂੰ ਚੰਨ ਦੇ ਨਾਲ ਕਾਹਦਾ ਪਿਆਰ ਪਾਇਆ, ਚੰਨ ਚੰਨ ਦਿਨ ਰਾਤ ਪੁਕਾਰਦਾ ਮਿਲਣ ਕਦੇ ਨਾ ਤੈਨੂੰ ਇੱਕ ਵਾਰ ਆਇਆ, ਪੁੱਠਾ ਹੋ ਕੇ ਜ਼ਮੀਨ ਤੇ ਡਿੱਗ ਪੈਂਦਾ ਲੈਣ ਕਦੇ ਨਾ ਤੇਰੀ ਉਹ ਸਾਰ ਆਇਆ। ਐ ਚਕੋਰ ਕਾਹਦਾ ਪਿਆਰ ਹੈ ਤੇਰਾ ਚੰਨ ਦੇ ਨਾਲ, ਦਿਨ ਰਾਤ ਟਿਕਟਕੀ ਲਾ ਕੇ ਉਹਦੇ ਵੱਲੀ ਵੇਖਦਾ ਰਹਿੰਦਾ ਤੱਕਦਾ ਰਹਿੰਦਾ ਤੈਨੂੰ ਮਿਲਣ ਤੇ ਕਦੇ ਆਇਆ ਨੀ, ਉਹਦੇ ਵੱਲੀ ਵੇਖਦਾ 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 ਪੁੱਠਾ ਹੋ ਕੇ ਡਿੱਗ ਪੈਂਦਾ, ਤੈਨੂੰ ਡਿੱਗੇ ਹੋਏ ਨੂੰ ਚੁੱਕਣ ਵਾਸਤੇ ਕਦੇ ਨੀ ਆਇਆ, ਕਦੇ ਨੀ ਉਹਨੇ ਤੇਰੀ ਸਾਰ ਆ ਕੇ ਲਈ। ਫਿਰ ਕਾਹਦਾ ਪਿਆਰ ਹੈ ਤੇਰਾ, ਕਾਹਦਾ ਪਿਆਰ ਹੈ ਤੇਰਾ, ਕਾਹਦਾ ਪ੍ਰੇਮ ਹੈ? ਅੱਗੋਂ ਆਖਿਆ ਚਕੋਰ ਤੂੰ ਸੁਣ ਯਾਰਾ ਤੂੰ ਨਾ ਪ੍ਰੇਮ ਦੀ ਸਾਰ ਜਾਣੇ, ਅਸੀਂ ਆਪਣੀ ਪ੍ਰੀਤ ਨਿਭਾ ਦੇਣੀ ਚੰਨ ਯਾਰ ਜਾਣੇ ਭਾਵੇਂ ਨਾ ਨਾ ਜਾਣੇ। ਚਕੋਰ ਕਹਿੰਦਾ ਇਹ ਤੇ ਚੰਨ ਦੀ ਮਰਜ਼ੀ ਹੈ, ਉਹ ਇਸ ਪ੍ਰੇਮ ਦੀ ਕਦਰ ਪਾਵੇ ਚਾਹੇ ਨਾ ਪਾਵੇ, ਪਰ ਮੈਂ ਆਪਣਾ ਪਿਆਰ ਆਖਰੀ ਸਾਹ ਤੱਕ ਨਿਭਾ ਜਾਣਾ, ਮੈਂ ਆਪਣਾ ਪ੍ਰੇਮ ਆਖਰੀ ਸਵਾਸ ਤੱਕ ਨਿਭਾ ਜਾਣਾ। ਕਹਿੰਦੇ ਚਕੋਰ ਨੇ ਪਿਆਰ ਤੇ ਪਾਲਿਆ ਚੰਨ ਦੇ ਨਾਲ, ਪਰ ਉਹਨੇ ਕਹਿੰਦੇ ਉਹਦੇ ਪਿਆਰ ਦੀ ਕਦਰ ਨਹੀਂ ਪਾਈ।
ਮੱਛੀ ਨੇ ਪਿਆਰ ਪਾ ਲਿਆ ਪਾਣੀ ਨਾਲ, ਪਰ ਕਹਿੰਦੇ ਪਾਣੀ ਨੇ ਉਹਦੇ ਪਿਆਰ ਦੀ ਕਦਰ ਨਹੀਂ ਪਾਈ। ਪਤੰਗੇ ਨੇ ਪਿਆਰ ਪਾ ਲਿਆ ਰੋਸ਼ਨੀ ਦੇ ਨਾਲ, ਪਰ ਕਹਿੰਦੇ ਉਹਨੇ ਉਹਦੇ ਪਿਆਰ ਦੀ ਕਦਰ ਨਹੀਂ ਪਾਈ। ਕਹਿੰਦੇ ਕੋਈ ਇਹੋ ਜਿਹੀ ਪਿਆਰ ਗੁਰੂ ਨਾਨਕ ਸਾਹਿਬ ਦੇ ਨਾਲ ਪਾ ਕੇ ਵੇਖੇ, ਇੰਨਾ ਹੀ ਪਿਆਰ ਕੋਈ ਗੁਰੂ ਨਾਨਕ ਸਾਹਿਬ ਦੇ ਨਾਲ ਵੇਖੇ, ਕਹਿੰਦੇ ਉਹਨਾਂ ਨੇ ਤੇ ਕਦਰ ਨਹੀਂ ਪਾਈ। ਪਰ ਮੇਰੇ ਸੱਚੇ ਪਾਤਸ਼ਾਹ ਘੱਟ ਘੱਟ ਕੇ ਅੰਤਰ ਕੀ ਜਾਣਤ ਭਲੇ ਬੁਰੇ ਕੀ, ਚਰਨ ਸ਼ਰਨ ਗੁਰ ਏਕ ਪੈਂਡਾ ਜਾਏ ਚੱਲ ਸਤਿਗੁਰ ਕੋਟ ਪੈਂਡਾ, ਅੱਗੇ ਹੋਏ ਲੇਤ ਹੈ ਕਹਿੰਦੇ ਕੋਈ ਇੱਕ ਕਦਮ ਭਾਵਨਾ ਦਾ ਗੁਰੂ ਵੱਲੀ ਨੂੰ ਪੱਟੇ ਤੇ ਗੁਰੂ ਸਾਹਿਬ ਕਰੋੜਾਂ ਕਦਮ ਉਹਦੇ ਵੱਲੀ ਨੂੰ ਆਪ ਪੁੱਟਦੇ ਨੇ। ਸਤਿਗੁਰ ਕੋਟ ਪੈਂਡਾ ਆਗੇ ਹੋਏ ਲੇਤ ਹੈ, ਆਪ ਸਤਿਗੁਰੂ ਜਾਂਦੇ ਨੇ ਪਿਆਰੇ ਦੀ ਭਾਵਨਾ ਤੱਕ ਕੇ, ਸ਼ਰਧਾ ਤੱਕ ਕੇ, ਸਾਚ ਕਹੂੰ ਸੁਣ ਲੇਹੋ ਸਵੈ ਜਿਨ ਪ੍ਰੇਮ ਕੀਓ ਤਿਨ ਹੀ ਪ੍ਰਭ ਪਾਇਓ।
ਉੱਥੇ ਫਿਰ ਜੈਤ ਮੱਲ ਜੋਗੀ ਨੂੰ ਸਤਿਗੁਰਾਂ ਨੇ ਦਰਸ਼ਨ ਦਾਰ ਆਪ ਜਾ ਕੇ ਦਿੱਤੇ। ਸਾਧ ਸੰਗਤ 2:30 ਵਜੇ ਜਾਂਦਾ ਸੀ ਇਸ਼ਨਾਨ ਕਰਨ ਵਾਸਤੇ, ਪਰ ਸਤਿਗੁਰਾਂ ਨੇ ਸਾਧ ਸੰਗਤ ਆਖਿਆ ਜੈਤ ਮੱਲ ਜੋਗੀ ਹੁਣ ਨਾ ਤੂੰ ਜਾਇਆ ਕਰ, ਗੰਗਾ ਖੁਦ ਆਏਗੀ ਤੇਰਾ ਘਰ ਹੀ ਇਸ਼ਨਾਨ ਕਰਵਾਉਣ ਵਾਸਤੇ। ਵਿਚਾਰ ਬੜੀ ਲੰਮੀ ਹੈ। ਸਤਿਗੁਰਾਂ ਨੇ ਸਾਧ ਸੰਗਤ ਆਖਿਆ ਤੇਰੀ ਭਾਵਨਾ ਸ਼ਰਧਾ ਪੂਰੀ ਹੈ, ਮੰਗ ਕੀ ਮੰਗਦਾ? ਕਹਿੰਦਾ ਮਹਾਰਾਜ ਮੈਨੂੰ ਆਪਣੇ ਚਰਨਾਂ 'ਚ ਥਾਂ ਦੇ ਦਿਓ। ਸਤਿਗੁਰੂ ਕਹਿੰਦੇ ਹੁਣ ਨਹੀਂ ਸਮਾਂ ਹੈ, 9ਵੇਂ ਜਾਮੇ ਵਿੱਚ ਇੱਥੇ ਦੁਬਾਰਾ ਆਵਾਂਗੇ, ਫਿਰ ਆ ਕੇ ਤੇਰਾ ਭਲਾ ਕਰਾਂਗੇ, ਤੇਰਾ ਉਧਾਰ ਕਰਾਂਗੇ। 9ਵੇਂ ਜਾਮੇ ਵਿੱਚ ਫਿਰ ਗੁਰੂ ਤੇਗ ਬਹਾਦਰ ਮਹਾਰਾਜ ਉੱਥੇ ਗਏ, ਜੈਤ ਮੱਲ ਜੋਗੀ ਦਾ ਉਧਾਰ ਕੀਤਾ ਹੈ। ਸਾਧ ਸੰਗਤ ਕਿਉਂਕਿ ਜਥੇਦਾਰ ਸਾਹਿਬ ਆਪ ਜੀ ਦੇ ਨਾਲ ਪਟਨਾ ਸਾਹਿਬ ਦਾ ਇਤਿਹਾਸ ਸਾਲਸਰਾਏ ਜੌਹਰੀ ਦਾ ਸਾਂਝਾ ਕਰ ਰਹੇ ਸਨ, ਫਿਰ ਅਸੀਂ ਵੀ ਇਸ ਇਤਿਹਾਸ ਦੇ ਨਾਲ ਹੀ ਲੜੀ ਜੋੜ ਲਈ। ਤਾਂ ਗੁਰੂ ਸਾਹਿਬ ਕਿਰਪਾ ਕਰਨ, ਮਿਹਰ ਕਰਨ, ਜੋ ਸ੍ਰੀਮਾਨ ਸੰਤ ਬਾਬਾ ਸੁਖਦੇਵ ਸਿੰਘ ਜੀ ਡੇਰਾ ਰੂਮੀ ਪੁੱਛੋ ਕਲਾਂ ਵਾਲੇ ਮਹਾਂਪੁਰਖ ਦਿਨ ਰਾਤ ਇੱਕ ਕਰਕੇ ਸੰਗਤਾਂ ਨੂੰ ਗੁਰੂ ਚਰਨਾਂ ਨਾਲ ਜੋੜਨ ਦਾ ਇਹ ਮਹਾਨ ਕਾਰਜ ਕਰ ਰਹੇ ਨੇ। ਉਸੇ ਲੜੀ ਦੇ ਤਹਿਤ ਗੁਰਦੁਆਰਾ ਸਾਹਿਬ ਜੀ ਦੀ ਸਮੂਹ ਪ੍ਰਬੰਧ ਕਮੇਟੀ ਔਰ ਚੇਤੀ ਫਾਰਮ ਦੀਆਂ ਸਾਰੀਆਂ ਸੰਗਤਾਂ ਨੇ ਰਲ ਮਿਲ ਕੇ ਉਪਰਾਲਾ ਕੀਤਾ। ਗੁਰੂ ਸਾਹਿਬ ਕਿਰਪਾ ਕਰਨ, ਮਹਾਂਪੁਰਖਾਂ ਨੂੰ ਵੀ ਚੜ੍ਹਦੀ ਕਲਾ ਬਖਸ਼ਿਸ਼ ਕਰਨ। ਇਸੇ ਤਰ੍ਹਾਂ ਦਿਨ ਰਾਤ ਇੱਕ ਕਰਕੇ ਹੋਰ ਵੀ ਸੰਗਤਾਂ ਨੂੰ ਗੁਰੂ ਚਰਨਾਂ ਨਾਲ ਜੋੜਨ ਦਾ ਬਲ ਬਖਸ਼ਿਸ਼ ਕਰਨ, ਜਿਨ੍ਹਾਂ ਸੰਗਤਾਂ ਨੇ ਮਹਾਨ ਉਦਮ ਉਪਰਾਲਾ ਕੀਤਾ। ਸਤਿਗੁਰੂ ਸਭ ਨੂੰ ਆਪਣੇ ਦਰੋਂ ਘਰੋਂ ਖੁਸ਼ੀਆਂ ਬਖਸ਼ਿਸ਼ ਕਰਨ। ਸਾਡੇ ਸਤਿਕਾਰਯੋਗ ਧੰਨ ਧੰਨ ਬਾਬਾ ਕੁੰਦਨ ਸਿੰਘ ਜੀ ਮਹਾਰਾਜ, ਨਾਨਕ ਸਰ ਕਲੇਰਾਂ ਵਾਲੇ, ਉਹਨਾਂ ਤੋਂ ਵਰੋਸਾਏ। ਸਤਿਕਾਰਯੋਗ ਬਾਬਾ ਹਰਦੀਪ ਸਿੰਘ ਜੀ, ਨਾਨਕ ਸਰ ਠਾਠ ਢਾਂਡੀ ਪੁਲ, ਜਿਨ੍ਹਾਂ ਦੀ ਡਿਊਟੀ ਆਪ ਜੀ ਦੇ ਇਲਾਕੇ ਵਿੱਚ ਬਾਬਾ ਜੀ ਨੇ ਆਪ ਥਾਪੜਾ ਦੇ ਕੇ ਬਿਠਾਇਆ, ਉਹ ਰਹਿਮਤਾਂ ਖੁਸ਼ੀਆਂ ਨਾਲ ਵਰਤ ਰਹੀਆਂ ਨੇ। ਔਰ ਸਾਧ ਸੰਗਤ ਸਤਿਕਾਰਯੋਗ ਬਾਬਾ ਜੀ ਤੋਂ ਵਰੋਸਾਏ ਬਾਬਾ ਕੁਲਦੀਪ ਸਿੰਘ ਜੀ, ਨਾਨਕ ਸਰ ਠਾਠ ਮਜਾਰੀ ਵਾਲੇ, ਉਹ ਵੀ ਪਹੁੰਚੇ ਨੇ ਮਹਾਂਪੁਰਖਾਂ ਨੂੰ ਜੀਓ ਆਇਆ। ਉਹਨਾਂ ਨੇ ਵੀ ਆਪ ਸੰਗਤਾਂ ਦੇ ਸਨਮੁਖ ਹੋ ਕੇ ਬਵਾਣੀਆਂ ਕਹਾਣੀਆਂ ਪੁੱਤ ਸੁਪੁੱਤ ਕਰੇਨ ਕਥਾ ਕੀਰਤਨ ਦੁਆਰਾ ਨਿਹਾਲ ਕਰਨਾ। ਸੋ ਆਓ ਇਤਨੀ ਕੁ ਹਾਜ਼ਰੀ ਦਾਸ ਦੀ ਪ੍ਰਵਾਨ ਕਰਨੀ, ਅਖੀਰ ਦੇ ਵਿੱਚ ਇੱਕ ਧਾਰਨਾ ਪੜ੍ਹੀਏ, ਫਿਰ ਦਾਸ ਸਮਾਪਤੀ ਕਰੇਗਾ। ਸਾਰੇ ਪਿਆਰ ਨਾਲ ਪੜ੍ਹਿਓ, ਕੋਈ ਵੀ ਰਸਨਾ ਵਾਂਝੀ ਨਾ। ਜਿਹੜੇ ਤੇਰੇ